ਸੁਖਰਾਜ ਜੀ ਕੀ ਜਿਹੜੀ ਘਟਨਾ ਵਾਪਰੀ ਹੈ ਦੇਰ ਰਾਤ ਤਕਰੀਬਨ 11 ਵਜੇ ਦਾ ਸਮਾਂ ਸੀਗਾ ਜੀ ਅਣਪਛਾਤੇ ਬੰਦਿਆਂ ਵੱਲੋਂ ਇੱਥੇ ਗੱਡੀ ਲਿਆ ਕੇ ਜਿੱਥੇ ਅਸੀਂ ਜ਼ਿਆਦਾਤਰ ਮੈਂ ਗੱਡੀ ਦੇ ਵਿੱਚ ਬੈਠਦਾ ਹੁੰਦਾ ਉਸ ਗੱਡੀ ਦੇ ਮੂਹਰੇ ਲਾ ਕੇ ਗੱਡੀ ਤਾਂ ਇੱਕ ਘਟਨਾ ਨੂੰ ਅੰਜਾਮ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਇਸ ਤਰ੍ਹਾਂ ਦੀਆਂ ਵਿਰੋਧੀਆਂ ਦੀਆਂ ਚਾਲਾਂ ਮੋਰਚੇ ਨੂੰ ਖਰਾਬ ਕਰਨ ਦੀਆਂ ਚਾਲਾਂ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਚੱਲੀਆਂ ਜਾ ਰਹੀਆਂ ਕੀ ਕਾਰਨ ਉਹਨਾਂ ਨੇ ਗੱਡੀ ਥੋੜੀ ਬੈਕ ਮਾਰੀ ਹੈ ਵਿੱਚ ਖੜੇ ਆ ਇੱਥੇ ਉਸ ਤੋਂ ਬਾਅਦ ਚਲੇ ਗਏ ਨੁਕਸਾਨ ਹੋਰ ਵੀ ਕਰ ਸਕਦੇ ਸੀ ਜੇ ਉਹ ਇਸ ਉਮੀਦ ਦੇ ਨਾਲ ਆਏ ਗੱਡੀ ਮਾਰਨ ਤੋਂ ਬਾਅਦ ਉਹ ਭੱਜੇ ਥੋੜੀ ਆ ਉਹ ਤਾਂ ਅਸੀਂ ਨਹੀਂ ਉਹਨਾਂ ਦੇ ਮਗਰ ਗਏ ਉਹ ਤਾਂ ਆਪਦੀ ਮਨਸ਼ਾ ਦੇ ਵਿੱਚ ਸਾਫ਼ ਸੀ ਨਾ ਉਹ ਮਤਲਬ 100 ਮੀਟਰ ਦੀ ਦੂਰੀ ਕਿੰਨੀ ਕੁ ਹੁੰਦੀ ਹੈ 100 ਮੀਟਰ ਵੀ ਬਾਹਲਾ ਸੀ ਇੱਥੋਂ ਕੱਟ ਆ ਜਿਹੜਾ ਤਕਰੀਬਨ ਮਸਾਂ 50-60 ਫੁੱਟ 'ਤੇ ਹੋਣਾ ਗਾ ਉੱਥੇ ਜਾ ਕੇ ਫਿਰ ਖੜ੍ਹਦੇ ਆ ਅੱਜ ਤੱਕ ਤੜਕੇ ਤੋਂ ਲੈ ਕੇ ਹੁਣ ਤੱਕ ਸਾਰੇ CCTV ਚੈੱਕ ਕਰ ਲਏ ਗਏ ਆ ਕਿਸੇ ਵੀ ਵਿੱਚ ਉਹ ਗੱਡੀ ਨਹੀਂ ਪਾਈ ਗਈ ਆ ਪਿਛਲੇ 11 ਮਹੀਨੇ ਦੇ ਕਰੀਬ ਤੋਂ ਬਹਿਬਲ ਕਲਾਂ ਦੇ ਵਿੱਚ ਬੇਅਦਬੀ ਇਨਸਾਫ਼ ਮੋਰਚਾ ਚੱਲ ਰਿਹਾ ਹੈ ਤਾਂ ਮੋਰਚੇ ਦੇ ਵਿੱਚ ਪਹੁੰਚੇ ਹਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਮੋਰਚੇ ਦੀਆਂ ਤਾਂ ਇਸ ਮੋਰਚੇ 'ਤੇ ਜਿਹੜਾ ਪਿਛਲੇ 11 ਮਹੀਨੇ ਦੇ ਕਰੀਬ ਤੋਂ ਜਿਹੜਾ ਇੱਥੇ ਇਨਸਾਫ਼ ਲਈ ਜਿਹੜੇ ਪੀੜਤ ਪਰਿਵਾਰ ਬੈਠੇ ਆ ਅਤੇ ਅੱਜ ਪਹੁੰਚਣ ਦਾ ਤੁਹਾਨੂੰ ਕਾਰ ਦੱਸਦੇ ਹਾਂ ਕਿ ਬੀਤੀ ਰਾਤ ਦੀ ਗੱਲ ਕਰੀਏ ਤਾਂ ਰਾਤ ਨੂੰ ਇੱਥੇ ਇੱਕ ਕਾਰ ਆਉਂਦੀ ਹੈ ਤਾਂ ਇਸ ਮੋਰਚੇ ਵਾਲਿਆਂ ਦੀ ਕਾਰ ਜਿਹੜੀ ਸੜਕ 'ਤੇ ਇਸੇ ਜਗ੍ਹਾ 'ਤੇ ਜਿਹੜਾ ਉਹ ਸਾਹਮਣੇ ਖੜ੍ਹੀ ਹੁੰਦੀ ਹੈ ਤਾਂ ਇਸ ਕਾਰ ਨੂੰ ਉਸ ਕਾਰ ਵੱਲੋਂ ਆ ਕੇ ਜਿਹੜੀ ਟੱਕਰ ਮਾਰੀ ਜਾਂਦੀ ਹੈ CCTV ਕੈਮਰੇ ਦੇ ਵਿੱਚ ਸਾਰੀ ਘਟਨਾ ਜਿਹੜੀ ਉਹ ਕੈਦ ਹੋ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਫਿਰ ਤੋਂ ਵੱਡੇ ਸਵਾਲ ਜਿਹੜੇ ਅੱਜ ਖੜ੍ਹੇ ਹੋਏ ਨੇ ਸਾਹਮਣੇ ਹੁਣ ਤਸਵੀਰਾਂ ਤੁਹਾਨੂੰ ਉਸ ਕਾਰ ਦੀਆਂ ਵਿਖਾਉਣੇ ਆ ਜਿਸ ਕਾਰ ਨੂੰ ਆ ਕੇ ਜਿਹੜੀ ਦੇਰ ਰਾਤ ਟੱਕਰ ਮਾਰੀ ਜਾਂਦੀ ਹੈ ਇਸੇ ਤਰ੍ਹਾਂ ਇਹ ਸੜਕ 'ਤੇ ਜਿਹੜੀ ਇਹ ਕਾਰ ਖੜ੍ਹੀ ਹੁੰਦੀ ਹੈ ਇਸੇ ਤਰ੍ਹਾਂ ਇਸ ਪਾਸੇ ਨੂੰ ਇਸਦਾ ਮੂੰਹ ਸੀਗਾ ਤਾਂ ਅਗਲੇ ਪਾਸੇ ਆ ਕੇ ਇਹਦੇ ਇੱਕ ਕਾਰ ਰੁਕਦੀ ਹੈ ਤਾਂ ਉਹ ਪਹਿਲਾਂ ਕਾਰ ਰੁਕਦੀ ਹੈ ਬਾਰੀ ਖੋਲ੍ਹਦੇ ਆ ਦੇਖਦੇ ਆ ਕਾਰ ਦੇ ਵਿੱਚ ਕੋਈ ਆਦਮੀ ਹੈ ਜਾਂ ਨਹੀਂ ਤਾਂ ਉਸ ਤੋਂ ਬਾਅਦ ਇਸ ਕਾਰ ਦੇ ਵਿੱਚ ਬਹਿ ਕਰਕੇ ਉਹਨਾਂ ਵੱਲੋਂ ਜਿਹੜਾ ਇਸ ਨੂੰ ਟੱਕਰ ਮਾਰੀ ਜਾਂਦੀ ਹੈ ਤਾਂ ਜਾਲੀ 'ਤੇ ਜਿਹੜੀਆਂ ਕੁਝ ਚੋਟਾਂ ਵੀ ਆਈਆਂ ਤਾਂ ਇਹਨਾਂ ਦਾ ਮੰਨਣਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਉਹ ਲੋਕਾਂ ਦੀ ਜਿਹੜੀ ਸਾਜਿਸ਼ ਹੈ ਜਿਹੜੇ ਲੋਕਾਂ ਦੇ ਖਿਲਾਫ਼ ਇੱਥੇ ਮੋਰਚਾ ਲਗਾਇਆ ਗਿਆ ਤਾਂ ਵੱਡੇ ਸਵਾਲ ਇਹਨਾਂ ਨੇ ਖੜ੍ਹੇ ਕੀਤੇ ਹੈ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਹੈ ਗੱਲਬਾਤ ਕਰਾਂਗੇ ਸੁਖਰਾਜ ਦੇ ਨਾਲ ਆਖਿਰ ਕੀ ਕਾਰਨ ਹੈ ਤਮਾਮ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਇਸ ਮੁੱਦੇ 'ਤੇ ਗੱਲਬਾਤ ਕਰਾਂਗੇ ਦੀਵਾਲੀ ਕਿਸ ਤਰੀਕੇ ਦੀ ਰਹਿਣ ਵਾਲੀ ਹੈ ਕਿਉਂਕਿ ਪਹਿਲੀ ਦੀਵਾਲੀ ਜਿਹੜੀ ਇਸ ਵਾਰ ਆ ਰਹੀ ਹੈ ਇੱਥੇ ਬੈਠੇ ਹੈ ਦੀਵਾਲੀ ਕਿਸ ਤਰੀਕੇ ਦੀ ਰਹਿਣ ਵਾਲੀ ਹੈ ਹੋਰ ਜਿਹੜੇ ਪੰਜਾਬ ਦੇ ਮੁੱਦੇ ਨੇ ਇਸ ਦੇ ਨਾਲ ਰਿਲੇਟਡ ਨੇ ਉਹਨਾਂ 'ਤੇ ਵੀ ਗੱਲਬਾਤ ਕਰਾਂਗੇ ਗੱਲਬਾਤ ਕਰਦੇ ਹਾਂ ਸੁਖਰਾਜ ਜੀ ਕੀ ਜਿਹੜੀ ਘਟਨਾ ਵਾਪਰੀ ਹੈ ਦੇਰ ਰਾਤ ਰਾਤ ਤੋਂ ਤਕਰੀਬਨ 11 ਵਜੇ ਦਾ ਸਮਾਂ ਸੀਗਾ ਜੀ ਅਣਪਛਾਤੇ ਬੰਦਿਆਂ ਵੱਲੋਂ ਇੱਥੇ ਗੱਡੀ ਲਿਆ ਕੇ ਜਿੱਥੇ ਅਸੀਂ ਜ਼ਿਆਦਾਤਰ ਮੈਂ ਗੱਡੀ ਦੇ ਵਿੱਚ ਬੈਠਦਾ ਹੁੰਦਾ ਉਸ ਗੱਡੀ ਦੇ ਮੂਹਰੇ ਲਾ ਕੇ ਗੱਡੀ ਤਾਂ ਇੱਕ ਘਟਨਾ ਨੂੰ ਅੰਜਾਮ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਜਿਹਦੇ 'ਚ ਮੈਂ ਸਮਝਾਂਗਾ ਉਹ ਕਾਮਯਾਬ ਨਹੀਂ ਹੋ ਸਕੇ ਆ ਮੈਂ CCTV ਵੀਡੀਓ ਵੀ ਤੁਹਾਨੂੰ ਦਿੱਤੀ ਆ ਤੁਸੀਂ ਉਹ ਦਿਖਾ ਸਕਦੇ ਹੋ ਤਾਂ ਉਹਦੇ ਵਿੱਚ ਪਹਿਲਾਂ ਗੱਡੀ ਮੂਹਰੇ ਲਿਆ ਕੇ ਪਾਰਕ ਕਰ ਦਿੱਤੀ ਜਾਂਦੀ ਆ ਬਾਰੀ ਖੋਲ੍ਹ ਕੇ ਇੱਕ ਇਸ਼ਾਰਾ ਮਾਤਰ ਇਹ ਹੁੰਦਾ ਕਿ ਬੰਦਾ ਬਾਹਰ ਨਿਕਲ ਕੇ ਗੱਲ ਕਰੇ ਗੱਡੀ 'ਚ ਕੋਈ ਨਹੀਂ ਹੁੰਦਾ ਜਿਸ ਕਰਕੇ ਨਹੀਂ ਹੋ ਸਕਦਾ ਜੇ ਮੈਂ ਗੱਡੀ 'ਚ ਹੁੰਦਾ ਤਾਂ ਫਿਰ ਤਾਂ ਬਾਹਰ ਨਿਕਲ ਕੇ ਦੇਖ ਲੈਂਦੇ ਕੌਣ ਤਾਂ ਬਾਰੀ ਖੋਲ੍ਹ ਕੇ ਉਹਨਾਂ ਵੱਲੋਂ ਇੱਕ ਇਸ਼ਾਰਾ ਕੀਤਾ ਜਾਂਦਾ ਕਿ ਬੰਦਾ ਬਾਹਰ ਆਊਗਾ ਜੇ ਕੋਈ ਨਹੀਂ ਆਉਂਦਾ 1 ਮਿੰਟ ਦੇ ਵਿੱਚ ਉਹ ਗੱਡੀ ਅੱਗੇ ਕਰਕੇ ਫਿਰ ਗੱਡੀ ਬੈਕ ਕਰਦੇ ਆ ਧੱਕਦੇ ਆ ਜਦੋਂ ਆਪਾਂ ਕਿਸੇ ਗੱਡੀ ਨੂੰ ਵੀ ਟੱਚ ਕਰਾਂਗੇ ਤਾਂ ਆਟੋਮੈਟਿਕ ਹੀ ਬੰਦਾ ਬਾਹਰ ਆ ਜਾਂਦਾ ਅਗਲਾ ਕਹਿੰਦਾ ਵੀ ਤੂੰ ਸਾਡੀ ਗੱਡੀ 'ਚ ਗੱਡੀ ਕਿਉਂ ਮਾਰ ਰਿਹਾ ਸੋ ਜਿਹੜੀ ਮਨਸ਼ਾ ਸੀ ਉਹ ਸਾਫ਼ ਜ਼ਾਹਰ ਹੁੰਦੀ ਸੀ ਤਕਰੀਬਨ 1.5 ਮਿੰਟ ਦੇ ਵਿੱਚ ਹੀ ਇਹ ਸਾਰੀ ਜਿਹੜੀ ਉਹਨਾਂ ਨੇ ਘਟਨਾ ਰੋਕ ਕੇ ਗੱਡੀ ਬੈਕ ਕਰਕੇ ਆਪਣੀ ਖੜ੍ਹੀ ਗੱਡੀ ਦੇ ਵਿੱਚ ਪਾਰਕ ਕੀਤੀ ਗੱਡੀ ਦੇ ਵਿੱਚ ਉਹਨਾਂ ਨੇ ਗੱਡੀ ਮਾਰੀ ਆ ਤਾਂ ਫਿਰ ਜਿਹੜੇ ਉੱਥੋਂ ਗਏ ਆ ਜਦੋਂ ਇੱਥੋਂ ਮੁੰਡੇ ਬਾਹਰ ਨਿਕਲੇ ਦੇਖਣ ਗੱਡੀ ਦਾ ਅਲਾਰਮ ਵੱਜਿਆ ਤਾਂ ਮੁੰਡੇ ਬਾਹਰ ਦੇਖਣ ਨਿਕਲੇ ਤਾਂ ਉਹ ਥੋੜ੍ਹੇ ਅੱਗੇ ਜਾ ਕੇ ਰੁਕ ਗਏ ਜੇ ਬੰਦਾ ਵੈਸੇ ਹੀ ਮਤਲਬ ਵੱਜਦੀ ਆ ਤਾਂ ਭੱਜ ਜਾਂਦਾ ਅਗਲਾ ਰੁਕਦਾ ਨਹੀਂ ਆ ਜੇ ਕੁਛ ਕਰਨ ਦੀ ਮਨਸ਼ਾ ਨਾ ਹੁੰਦੇ ਆ ਤਾਂ ਫਿਰ ਰੁਕ ਕੇ ਫਿਰ ਦੇਖ ਕੇ ਗਏ ਆ ਜਿਹੜੇ ਮਗਰ ਮੁੰਡੇ ਸੀ ਉਹਨਾਂ ਨੂੰ ਮੈਂ ਵਾਪਸ ਇਸ ਗੱਲ ਕਰਕੇ ਮੋੜਿਆ ਕਿ ਆਪਾਂ ਆਪਦੇ ਹੱਥ 'ਚ ਕੋਈ ਇੱਦਾਂ ਦਾ ਨਹੀਂ ਕੰਮ ਕਰਨਾ ਜਿਹੜਾ ਨੁਕਸਾਨ ਕਰੇ ਕਿਉਂਕਿ ਉਹਨਾਂ ਕੋਲ ਪਤਾ ਨਹੀਂ ਕੀ ਹੋ ਸਕਦਾ ਉਸ ਤੋਂ ਬਾਅਦ ਜਿਹੜੀ ਆ ਸਾਰਾ ਘਟਨਾਕ੍ਰਮ ਆ ਜਿਹੜੀ ਉਹ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਅਤੇ ਪਰ ਇਸ ਤਰ੍ਹਾਂ ਦੀਆਂ ਵਿਰੋਧੀਆਂ ਦੀਆਂ ਚਾਲਾਂ ਮੋਰਚੇ ਨੂੰ ਖਰਾਬ ਕਰਨ ਦੀਆਂ ਚਾਲਾਂ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਚੱਲੀਆਂ ਜਾ ਰਹੀਆਂ ਉਹ ਫਿਰ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਨਾਕਾਮ ਹੋਈਆਂ ਅਤੇ ਪੰਜਾਬ ਸਰਕਾਰ ਨੂੰ ਅਸੀਂ ਇਸ ਗੱਲ ਦੀ ਚੇਤਾਵਨੀ ਵੀ ਦਿੰਦੇ ਹਾਂ ਕਿ ਤੁਹਾਡਾ ਸਿਸਟਮ ਇੱਥੋਂ ਢਿੱਲਾ ਹੋਣ ਦੇ ਕਰਕੇ ਤੁਹਾਡੀ ਸਿਕਿਉਰਿਟੀ ਇੱਥੇ ਨਾ ਹੋਣ ਦੇ ਕਰਕੇ ਜਿਹੜੀ ਇਹ ਘਟਨਾ ਹੋਈ ਆ ਜੇ ਅਣਸਖਾਵੀ ਕੋਈ ਹੋਰ ਘਟਨਾ ਵਾਪਰ ਜਾਂਦੀ ਤਾਂ ਜ਼ਿੰਮੇਵਾਰ ਉਹਦੀ ਪੰਜਾਬ ਸਰਕਾਰ ਅਤੇ ਉਹ ਲੋਕ ਸੀਗੇ ਜਿਨ੍ਹਾਂ ਦੇ ਉੱਤੇ ਇਸ ਬੇਅਦਬੀ ਦਾ ਅਤੇ ਗੋਲੀਕਾਂਡ ਦਾ ਕੇਸ ਚੱਲ ਰਿਹਾ ਸਵਰਾਜ ਗੱਲ ਇਹ ਵੀ ਨਾਲ
ਕਿਤੇ ਨਾ ਕਿਤੇ ਆਪਾਂ ਇਹਨੂੰ ਪਿੱਛੇ ਨਹੀਂ ਕਰ ਸਕਦੇ। ਜੇਕਰ ਲੋਕ ਕੋਈ ਵੀ ਹੈ ਇੱਥੇ ਆਉਂਦਾ ਹੈ, ਸੋਚ ਸਮਝ ਕੇ ਆਉਂਦਾ ਹੈ, ਬੜਾ ਜਿਹੜਾ ਪੂਰੇ ਪ੍ਰਬੰਧ ਕਰਕੇ ਆਊਗਾ ਜੇ ਕਿਸੇ ਨੇ ਨੁਕਸਾਨ ਪਹੁੰਚਾਉਣਾ ਹੋਵੇ। ਜੇ ਮੰਨ ਲਓ ਉਹ ਇਸੇ ਤਰ੍ਹਾਂ ਆਏ ਆ ਵੀ ਨੁਕਸਾਨ ਪਹੁੰਚਾਉਣਾ ਕਿਸੇ ਨਾਲ ਕਿਸੇ ਤਰੀਕੇ ਦੇ ਨਾਲ ਇੱਥੇ ਆਏ ਆ, ਉਹ ਫਿਰ ਇਸ ਤੋਂ ਵੱਡਾ ਨੁਕਸਾਨ ਵੀ ਕਰ ਸਕਦੇ ਸੀਗੇ। ਕੀ ਕਾਰਨ ਉਹਨਾਂ ਨੇ ਗੱਡੀ ਥੋੜ੍ਹੀ ਬੈਕ ਮਾਰੀ ਹੈ ਵਿੱਚ ਖੜ੍ਹੇ ਆ ਇੱਥੇ, ਉਸ ਤੋਂ ਬਾਅਦ ਚਲੇ ਗਏ। ਨੁਕਸਾਨ ਹੋਰ ਵੀ ਕਰ ਸਕਦੇ ਸੀ ਜੇ ਉਹ ਇਸੇ ਨੀਤ ਦੇ ਨਾਲ ਆਏ ਹੁੰਦੇ। ਇਸੇ ਅਸੀਂ ਜਦੋਂ ਉਹਦੇ ਮਗਰ ਮੁੰਡੇ ਗਏ ਆ, ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਚੰਗੀ ਤਰ੍ਹਾਂ, ਇੱਥੋਂ ਮੇਰੇ ਉੱਠ ਕੇ ਅੰਦਰ ਜਾਣ ਤੱਕ ਦਾ 10 ਸੈਕਿੰਡ ਦਾ ਸਮਾਂ ਸੀ। ਇਹਦਾ ਮਤਲਬ ਪਿੱਛੋਂ ਤਾਂ ਨਹੀਂ ਆਏ ਸੀ, ਉਹਨਾਂ ਨੇ ਦੇਖਿਆ ਕਦੋਂ ਬੰਦਾ ਨਿਕਲਦਾ ਗੱਡੀ 'ਚੋਂ, ਕਦੋਂ ਜਾਂਦਾ, ਕਦੋਂ ਕੀ ਹਿਸਾਬ ਕਿਤਾਬ ਆ, ਪੂਰਾ ਦੇਖਿਆ ਗਿਆ। 10 ਸੈਕਿੰਡ ਦੇ ਵਿੱਚ ਗੱਡੀ ਆਉਂਦੀ ਹੈ ਤਾਂ ਇਹ ਵੀ ਕੋਈ ਤੇਜ਼ ਸਪੀਡ ਦੇ ਵਿੱਚ ਨਹੀਂ ਆਉਂਦੀ ਆ। ਜੇ ਕੋਈ ਉਸ ਤਰੀਕੇ ਦੇ ਨਾਲ ਵੀ ਆਉਂਦੇ ਆ ਤਾਂ ਆਪਾਂ ਨੂੰ ਪਤਾ ਹੁੰਦਾ ਕਿ ਕੌਣ ਕਿਸ ਤਰ੍ਹਾਂ ਦੀ ਮਾਨਸਾ ਲੈ ਕੇ ਆਉਂਦਾ। ਦੂਸਰਾ ਇਹ ਵੀ ਨਹੀਂ ਆ ਕਿ ਜਿਹੜੀ ਇੱਥੇ ਸਿਕਿਉਰਿਟੀ ਹੈ ਉਹ ਉਹਨਾਂ ਨੇ ਉਸ ਤਰੀਕੇ ਨਾਲ ਦੇਖਿਆ ਗਿਆ ਵੀ ਕਿੰਨੇ ਦਿਨ ਤੋਂ ਹੈਣੀ ਆ। ਖੜ ਕੇ ਗੱਡੀ ਅੱਗੇ ਫਿਰ ਰੋਕੀ, ਸਿਕਿਉਰਿਟੀ ਰਾਤ ਦੀ ਨਹੀਂ ਹੁੰਦੀ ਇੱਥੇ? ਨਹੀਂ ਹੁੰਦੀ, ਰਾਤ ਦੀ ਨਹੀਂ ਸੀ ਸਿਕਿਉਰਿਟੀ, ਕਈ ਦਿਨਾਂ ਤੋਂ ਨਹੀਂ ਸੀਗੀ। ਗੱਡੀ ਮਾਰਨ ਤੋਂ ਬਾਅਦ ਉਹ ਭੱਜੇ ਥੋੜ੍ਹੀ ਆ, ਉਹ ਤਾਂ ਅਸੀਂ ਨਹੀਂ ਉਹਨਾਂ ਦੇ ਮਗਰ ਗਏ, ਉਹ ਤਾਂ ਆਪਦੀ ਮਨਸ਼ਾ ਦੇ ਵਿੱਚ ਸਾਫ਼ ਸੀ ਨਾ। ਉਹ ਮਤਲਬ 100 ਮੀਟਰ ਦੀ ਦੂਰੀ ਕਿੰਨੀ ਕੁ ਹੁੰਦੀ ਹੈ, 100 ਮੀਟਰ ਵੀ ਬਾਹਲਾ ਸੀ। ਇੱਥੋਂ ਕੱਟ ਆ ਜਿਹੜਾ ਤਕਰੀਬਨ ਮਸਾਂ 50-60 ਫੁੱਟ 'ਤੇ ਹੋਣਾ ਗਾ, ਉੱਥੇ ਜਾ ਕੇ ਉਹ ਫਿਰ ਖੜ੍ਹਦੇ ਆ। ਮੈਂ ਜਿਹੜੇ ਮੁੰਡੇ ਮਗਰ ਜਾਂਦੇ ਉਹਨਾਂ ਨੂੰ ਆਵਾਜ਼ ਮਾਰ ਕੇ ਇਸ ਗੱਲ ਤੋਂ ਰੋਕਦਾ ਵੀ ਨਹੀਂ ਆਪਾਂ ਨਹੀਂ ਜਾਣਾ, ਆਪਾਂ ਪਹਿਲਾਂ ਧਿਆਨ 'ਚ ਮਾਮਲਾ ਲਿਆਈਏ, ਤੁਸੀਂ ਇੱਧਰ ਰਹੋ, ਕੋਈ ਗੱਲ ਨਹੀਂ, ਜਿਹੜਾ ਗੱਡੀ ਦਾ ਨੁਕਸਾਨ ਹੋਇਆ ਦੇਖਦੇ ਹਾਂ। ਸੋ ਉਹ ਮਨਸ਼ਾ ਜਿਹੜੀ ਜ਼ਾਹਰ ਹੁੰਦੀ ਆ, ਫਿਰ ਅੱਜ ਤੱਕ ਤੜਕੇ ਤੋਂ ਲੈ ਕੇ ਹੁਣ ਤੱਕ ਸਾਰੇ CCTV ਚੈੱਕ ਕਰ ਲਏ ਗਏ ਆ, ਕਿਸੇ ਵੀ ਵਿੱਚ ਉਹ ਗੱਡੀ ਨਹੀਂ ਪਾਈ ਗਈ ਆ। ਅਤੇ ਜੇ ਉਹਨਾਂ ਦੀ ਕੋਈ ਇੱਦਾਂ ਦੀ ਮਨਸ਼ਾ ਹੀ ਨਹੀਂ ਸੀ, ਫਿਰ ਤਾਂ ਅਗਲੇ ਕੈਮਰੇ 'ਚ ਆਉਣੀ ਚਾਹੀਦੀ ਸੀ, ਪਿਛਲਿਆਂ 'ਚ ਆਉਣੀ ਚਾਹੀਦੀ ਸੀ। ਸੋ ਜੇ ਚੋਰ ਮੋਰੀਆਂ ਵੇਚਦੀ ਨਿਕਲ ਕੇ ਆ ਕੇ ਤੁਹਾਡੇ ਪਿੰਡ ਵਾਲੇ ਕੋਈ ਇੱਧਰ ਕੀਤੀ CCTV ਫੁਟੇਜ ਜਿਹੜੇ ਪਿੰਡ ਵਾਲੇ ਕੈਮਰੇ? ਬਿਲਕੁਲ ਜੀ, ਇੱਥੋਂ ਸਾਰੇ ਚੈੱਕ ਕਰਕੇ ਆਏ ਹਾਂ। ਆਪਣੇ ਕੋਲ ਇੱਥੇ ਵੈਨ ਖੜ੍ਹੀ ਇੱਕ ਕੈਮਰਿਆਂ ਵਾਲੀ, ਉਹ 'ਚ ਸਭ ਪਤਾ ਲੱਗਦਾ ਕਿ ਵੱਡੇ ਰੋਡ ਤੋਂ ਆ ਰਹੀ ਹੈ। ਪਿੱਛੇ ਕੈਮਰੇ ਚੈੱਕ ਹੋ ਰਹੇ ਆ, ਅਗਲੇ ਜਿੰਨੇ ਚੈੱਕ ਹੋਏ ਉਹਨਾਂ 'ਚ ਗੱਡੀ ਨਹੀਂ ਗਈ ਆ। ਸੋ ਇੱਥੋਂ ਇਹ ਮਨਸ਼ਾ ਪਤਾ ਲੱਗਦੀ ਹੈ ਕਿ ਉਹ ਕੈਮਰਿਆਂ ਤੋਂ ਵੀ ਬਚ ਕੇ ਉਹਨਾਂ ਨੇ ਚੈੱਕ ਕੀਤਾ ਹੋਇਆ ਕਿੱਥੇ ਕੈਮਰਾ ਹੈਗਾ ਕਿੱਥੇ ਨਹੀਂ ਹੈਗਾ। ਸੋ ਉਹ ਆਪਦੀ ਘਟਨਾ ਨੂੰ ਅੰਜਾਮ ਦੇਣ ਆਏ ਸੀ, ਪਰ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਉਹ 'ਚ ਮੈਂ ਕਹੂੰਗਾ ਕਿ ਕਾਮਯਾਬ ਨਹੀਂ ਹੋ ਸਕੇ। ਜੇ ਗੱਡੀ 'ਚ ਪਹਿਲੀ ਗੱਲ ਤਾਂ ਪਤਾ ਹੀ ਆ ਮੈਂ ਉੱਥੇ ਬੈਠਾ ਹੁੰਦਾ, 10 ਤੋਂ 15 ਸੈਕਿੰਡ ਦਾ ਵਕਫਾ ਸਾਰਿਆਂ ਨੇ ਦੇਖਿਆ ਵੀਡੀਓ ਦੇ ਵਿੱਚ, ਉਹ ਕਿੰਨਾ ਕੁ ਹੁੰਦਾ, ਅਤੇ ਮਨਸ਼ਾ ਤਾਂ ਉਹਨਾਂ ਦੀ ਉੱਥੋਂ ਸਾਫ਼ ਜ਼ਾਹਰ ਹੁੰਦੀ ਆ। ਜਿਵੇਂ ਹੁਣ ਇੱਕ ਉਹਨਾਂ ਦੇ ਵਿੱਚੋਂ ਆਦਮੀ ਜਿਹੜਾ ਬਾਰੀ ਵੀ ਖੋਲਦਾ, ਬਿਲਕੁਲ CCTV ਦੇ ਵਿੱਚ ਆਉਂਦਾ, ਬਾਰੀ ਖੋਲ ਕੇ ਉਹਨਾਂ ਵੱਲੋਂ ਕੋਈ ਕੀ ਤੁਹਾਨੂੰ ਦੇਖਿਆ ਜਾਂਦਾ ਜਾਂ ਉਹਨਾਂ ਵੱਲੋਂ ਕੋਈ ਬੋਲਿਆ ਜਾਂਦਾ? ਗੱਡੀ ਦੀਆਂ ਸੀਟਾਂ ਜਿਹੜੀਆਂ ਸਿੱਟੀਆਂ ਹੁੰਦੀਆਂ ਅੰਦਰ ਨੂੰ, ਉਹਨਾਂ ਦੇ ਉਹਨਾਂ ਨੂੰ ਇਹੀ ਲੱਗਦਾ ਹੋਊਗਾ ਕਿ ਗੱਡੀ ਦੇ ਵਿੱਚ ਹੀ ਆ, ਕਿਉਂਕਿ ਗੱਡੀ ਦੀਆਂ ਸੀਟਾਂ ਮਤਲਬ ਲੰਬੀ ਬਾਰੀ ਖੋਲ ਕੇ ਗੱਡੀ ਵੱਲ ਦੇਖਦੇ ਆ? ਬਿਲਕੁਲ ਗੱਡੀ ਵੱਲ ਦੇਖਦੇ ਆ। ਸਾਡੇ ਇੱਥੇ ਦੋ ਮਤਲਬ ਅਵਾਰਾ ਕੁੱਤੇ ਹੁੰਦੇ ਆ ਜਿਹੜੇ ਇੱਥੇ ਹਮੇਸ਼ਾ ਰਹਿੰਦੇ ਆ, ਉਹ ਦੀਦਾ CCTV ਦੇ ਵਿੱਚ ਕੋਈ ਪੌਂਕੀ ਜਾਂਦੇ ਹੁੰਦੇ ਆ, ਹੋ ਸਕਦਾ ਉਹਨਾਂ ਦੇ ਕਰਕੇ ਉਹ ਨਾ ਉਤਰੇ ਹੋਣ, ਹੋ ਸਕਦਾ ਉਹਨਾਂ ਨੂੰ ਇਹ ਹੋਵੇ ਬਈ ਚਲੋ ਕੋਈ ਬੰਦਾ ਹੀ ਬਾਹਰ ਆ ਜੇ ਇਹਨਾਂ ਦੇ ਕਰਕੇ ਭੌਂਕਦਿਆਂ ਕਰਕੇ। ਸੋ ਜਿਹੜੀ ਉਹਨਾਂ ਨੇ 1 ਤੋਂ 1.5 ਮਿੰਟ ਦਾ ਵਕਫਾ ਸੀਗਾ ਉਹਦੇ 'ਚ ਉਹ ਕੋਸ਼ਿਸ਼ ਪੂਰੀ ਕੀਤੀ ਬੰਦੇ ਨੂੰ ਬਾਹਰ ਸੱਦਣ ਦੀ ਵੀ। ਐਂਡ ਦਾ ਪੁਆਇੰਟ ਉਹਨਾਂ ਨੇ ਗੱਡੀ 'ਚ ਗੱਡੀ ਤਾਂ ਮਾਰੀ ਵੀ ਜਦੋਂ ਗੱਡੀ 'ਚ ਗੱਡੀ ਵੱਜਦੀ ਜਿਹੜਾ ਗੱਡੀ 'ਚ ਬੰਦਾ ਬੈਠਾ ਹੋਊਗਾ ਬਾਹਰ ਨਿਕਲੂਗਾ। ਸੋ ਉਹ ਉਹਨਾਂ ਦੀ ਮਨਸ਼ਾ ਜਿਹੜੀ ਉੱਥੋਂ ਪਤਾ ਲੱਗ ਗਈ ਹੈ ਉਹ CCTV। ਮੈਂ 1 ਮਿੰਟ ਦੇ ਵਿੱਚ ਨਾਲ ਹੀ ਮੈਂ ਬਾਹਰ ਆ ਗਿਆ, ਮੈਂ ਗੱਡੀ 'ਚ ਨਹੀਂ ਸੀ, ਮੈਂ ਪਿੱਛੇ ਸੀ। ਜਿਹੜਾ ਮੁੰਡਾ ਇੱਥੋਂ ਭੱਜ ਕੇ ਗੱਡੀ ਦੇ ਮਗਰ ਜਾਂਦਾ ਉਹ ਉਹਨਾਂ ਦੇ ਮਗਰ ਭੱਜਦਾ, ਉਹ ਵੇਖ ਕੇ ਗੱਡੀ ਭਜਾਉਂਦੇ ਨਹੀਂ ਆ, ਉਹ ਰੋਕਦੇ ਆ। ਤੇ ਮੈਂ ਮੁੰਡੇ ਨੂੰ ਮਗਰ ਇਸ ਗੱਲ ਕਰਕੇ ਬੁਲਾਉਣਾ ਕਿ ਆਪਣਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਾ ਹੋਵੇ, ਵੀ ਤੂੰ ਨਹੀਂ ਜਾਣਾ ਕੋਈ ਗੱਲ ਨਹੀਂ। ਫਿਰ ਉਸ ਤੋਂ ਬਾਅਦ ਸਾਰੀ ਜਿਹੜੇ ਇੱਥੇ ਮੁੰਡੇ ਜਿੰਨੇ ਪਏ ਹੁੰਦੇ ਆ ਸਾਰੇ ਉੱਠ ਖੜਦੇ ਆ, ਪੁਲਿਸ ਪ੍ਰਸ਼ਾਸਨ ਦੇ ਗੱਲ ਨਾਲ ਦੀ ਨਾਲ ਧਿਆਨ 'ਚ ਲਿਆਂਦੀ ਜਾਂਦੀ ਆ। 11 ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ, ਲੱਗਦਾ ਵੀ ਜਿਵੇਂ ਹੁਣ ਆਪਾਂ ਮੰਨ ਲਈਏ 2 ਤੋਂ 3 ਘਟਨਾਵਾਂ ਜਿਹੜੀਆਂ ਦੇਖਣ ਨੂੰ ਮਿਲੀਆਂ। ਇੱਕ ਵਾਰੀ ਪਹਿਲਾਂ ਇੱਥੇ ਆਏ ਸੀ ਕੁਝ ਲੋਕ ਆਏ ਸੀਗੇ, ਉਹ ਤੁਹਾਨੂੰ ਕਹਿੰਦੇ ਸੀ ਦੇਖੋ, ਉਸ ਤੋਂ ਬਾਅਦ ਫਿਰ ਰਾਤ ਨੂੰ ਇੱਕ ਹੋਈ ਹੈ ਘਟਨਾ, ਆਹ ਤੀਜੀ ਘਟਨਾ ਹੈ। ਮੈਂ ਕਹੂੰਗਾ 3 ਘਟਨਾਵਾਂ ਹੋ ਗਈਆਂ, ਪੰਜਾਬ ਸਰਕਾਰ ਦਾ ਇੱਥੇ ਕੋਈ ਵੀ ਸਖ਼ਤ ਐਕਸ਼ਨ ਨਹੀਂ ਹੋਇਆ। ਕਿ ਜਿਹੜੇ ਪਹਿਲਾਂ ਅੱਧੀ ਰਾਤ ਨੂੰ ਲੋਕਾਂ ਨੂੰ ਸੈਨ ਕਰਾ ਕੇ 3-4 ਬੰਦੇ ਉਹਨਾਂ ਦੇ ਜਿਹੜਿਆਂ 'ਤੇ ਮੋਰਚਾ ਅੱਜ ਇਸ ਗੱਲ ਦੇ ਲਈ ਮੰਗ ਲੈ ਕੇ ਬੈਠਾ ਕਿ ਉਹਨਾਂ 'ਤੇ ਦੋਸ਼ੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਗੋਲੀਕਾਂਡ ਕੀਤਾ, ਉਹਨਾਂ ਦੇ ਕਰਿੰਦੇ ਸ਼ਰੇਆਮ ਸਾਰਿਆਂ ਨੂੰ ਪਤਾ ਵੀ ਉਹਨਾਂ ਦੇ ਕਰਿੰਦੇ ਸੈਨ ਕਰਾਏ ਲੋਕਾਂ ਨੂੰ, ਇਨੋਸੈਂਟ ਲੋਕਾਂ ਨੂੰ ਰਾਤ ਨੂੰ ਉਠਾ ਕੇ, ਉਹਨਾਂ 'ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਇਸ ਤਰੀਕੇ ਦੀ। ਦੂਸਰੇ ਪਾਸੇ ਉਹਦੇ ਵਿੱਚ ਤੁਹਾਡੇ ਪਿੰਡ ਦੇ ਬੰਦੇ ਵੀ ਹੈ? ਉਹੀ 3 ਕੁ ਬੰਦੇ ਪਿੰਡ ਦੇ ਆ, ਪਰ ਰਿਲੇਟਡ ਉਸ ਪਾਰਟੀ ਦੇ ਨਾਲ ਆ ਉਹ, ਜਿਹੜੀ ਪਾਰਟੀ ਇੱਥੋਂ ਅਸੀਂ ਪੰਜਾਬ ਦੇ ਲੋਕਾਂ ਨੇ ਦੋਸ਼ੀ ਐਲਾਨੀ ਹੋਈ ਆ। ਹੁਣ ਸ਼ੱਕ ਉਹਨਾਂ 'ਤੇ ਵੀ ਜਾਂਦਾ? ਮੈਂ ਕਹਿੰਦਾ ਜੀ ਇਹ ਸਾਰਿਆਂ ਉਹਨਾਂ ਲੋਕਾਂ 'ਤੇ ਆ ਜਿਨ੍ਹਾਂ 'ਤੇ ਕੇਸ ਚੱਲ ਰਿਹਾ ਬੇਅਦਬੀ ਦਾ ਅਤੇ ਗੋਲੀਕਾਂਡ ਦਾ, ਅਤੇ ਜਿਹੜੇ ਇਸ ਕੇਸ ਦੇ ਪਿੱਛੇ ਜਿਹੜੇ ਉਹਨਾਂ ਦੇ ਭਗਤ ਜਿਹੜੇ ਇਸ ਨੂੰ ਉਠਾਉਣ ਦੇ ਵਿੱਚ ਸੀ ਉਹਨਾਂ 'ਤੇ ਵੀ ਇਹ ਸ਼ੱਕ ਦੀ ਸੂਈ ਜਾਂਦੀ ਆ। ਕਿਉਂਕਿ ਕੋਈ ਵੀ ਆ ਜਿਹੜੇ ਪਹਿਲਾਂ ਕਰ ਸਕਦੇ
एक पंजाब दे सीएम नू एक लैटर लिख रहे हैं ते डीजीपी पंजाब नू भी जिहड़ा लैटर असीं भेज रहे हैं ते इत्थों दे एसएचओ बाजाखाना जिहड़े उन्हां नू भी असीं अपना जिहड़ा लैटर वह भी भेजांगे उन्हां नू भी लिखती दरखास्त दित्ती आ ते पंजाब सरकार इत्थे बनदी कारवाई एक जे किसी लीडर का कुत्ता गवा जाए तो उन्होंने शाम तक फड़िया जाता है तो इतने असी अज भी उस पॉइंट पर बैठे हैं जिथे 2015 के जाप करद सिखा के गोलियां चलाईया गई सी सिंह शहीद किए गए सी ते अज भी उत्थे गुरबाणी का जाप चल रहा तो अज भी उही घटनावां नूं अंजाम देने दे लई दोषियों वालों हथकंडे बनाए जा रहे हैं तो पंजाब सरकार इत्ते बनदी कार्रवाई करे उन्हां नूं नत्थ पावे ते जिहड़े दोषी उन्हां ते कार्रवाई करके उन्हां नूं जेलां दे विच बंद करे। पंजाब पुलिस दी हुण तक दी कोई अपडेट की आई सानूं? नहीं हजे तक तो कहिंदे कर रहे आ, हजे तक तो कोई अपडेट नहीं आई आ, वो देख रहे आ सीसीटीवी वगैरह ते पर असी दरखास्त यही करदे आ कि इहनूं जल्दी तो जल्दी ये बंदे आ जिहड़े ट्रेस कीते जाण। सुभराज जिवें हुण एक पासे तुसीं पिछले 11 महीने तों इत्थे मोर्चा लाई बैठे हो उन्हां लोकां दे खिलाफ जिन्हां नूं तुसीं मुख आरोपी मानदे हो ते ओही लोक हुण कह रहे आ पंजाब दे विच दुबारा फिर तो जिहड़े डेरे बनाउणे चाहीदे आप नूं लांबू लाउण दी गल ओही लोक कर रहे आ ते पंजाब सरकार दी जां इस देश दी सरकार दी शायद कर रहे आ। जदों एक बंदा डेरे दा मुखी जिहड़ा जिहड़े दा कूड प्रचार पंजाब दे लोकां नूं इनोसेंट लोकां नूं अकसाउंदा होवे बेअदबियां दे लई किन्नियां घटनावां बेअदबियां दीआं होईआं ते 90% उहदे च डेरा सरसे दा हत्थ रहा। डेरा सरसे दे पैरोकारां ने बेअदबियां कीतियां ते डेरे वाला बलात्कारी पहली गल तां परोल ते बाहर नहीं आना चाहिए जे बाहर आउंदा है ते बाहर आके उह सत्संग ऑनलाइन आपदी ला के ते लोकां नूं इदां फिर अकसाउंदा कि आपां डेरे दी किड्डी गल आपां फिर बना देंगे तुसीं जगह देखो। सो इह कोई खाला जी दा वड़ा नहीं पंजाब आ इह पहली गल। दूसरी गल पंजाब दे विच असीं तेरे दूसरे बंद कराउणे आ ते पंजाब सरकार नूं सीधी साफ दो लफ्ज़ां दे विच गल कहिंदे आ कि इहदे डेरे पंजाब चों ते कूड़ प्रचार बंद होना चाहीदा। जे पंजाब दे लोक बंद कराउण ते आ गए फिर इह पिछे नहीं हटणगे फिर तुसीं इत्थे माहौल खराब करन दीआं ते दूजियां तीजियां गल्लां पंजाब दे लोकां ते मरनियां नहीं इहदा माहौल खराब करनो तुसीं खुद बचा सकदे हो तुसीं उस दोषी ते कार्रवाई करके उहनूं जेल दे विच बंद करो उहदियां परोलां बंद करो। दूजे पासे साढ़े 25-25-30 सालां तों बंद जिहड़े परोलां ते कोई घंटा जां हफ्ते बाद आ भी जाण हफ्ते तक उहनां ते कंडीशन लाई जांदी आ कि तुसीं मीडिया 'च नहीं आउणा तुसीं पंथ इकट्ठां 'च नहीं जाणा तुसीं इत्थे घर 20 तों वध बंदे नूं नहीं बुला सकदे। सो इस तरह दीआं कंडीशनां ते उहनां साढ़े सिखां नूं बाहर परोलां दित्तियां जांदियां ते इह शरेआम परोलां ते आ के आपदे ऑनलाइन दीवान लाउंदा सत्संग लाउंदा प्रचार करदा ते गल्लां उही करदा कि फिर असीं नवें डेरे खोलांगे। पुराने डेरिआं ने इहनां ने की घाण कीता 2007 तों लै के अज तक इहदे डेरिआं 'च बेअदबी हुंदी आई आ। 2007 दे विच इहने सलादपुरे डेरे दे विच सत सतारे ते गुरु साहिब दी पोशाक पाउण दा जिहड़ा नाटक कीता उहदे विच दोषी आ इह उहदे 'च बनदी सज़ा नूं मिलनी चाहीदी आ। 15 दे विच फिर तां सिरों पाणी लंघ के इहने बेअदबी कराई आ उहदे 'ते इहनूं सज़ा होणी चाहीदी आ ते इह सज़ा दी बजाए इहनूं बाहर छड्ड के इहनूं डेरे बनाउण दीआं जिहड़ियां पहलां दित्तियां जा रहीआं। सो पंजाब 'च लांबू लाउण दी गल पंजाब सरकार ते देश दी सरकार कर रही आ इहो जिहे सरकारी सालां नूं नत्थ पा के जेलां दे विच बंद करके रख्या जाणा चाहीदा। सुभराज बंदी छोड़ दिवस आ गया कल नूं दिवाली आ गई है तुसीं पिछले आपां गल करीए दिवाली तों बाद जिहड़ा इत्थे आ मोर्चे दे विच आ के बैठे सीगे दिवाली मोर्चे दी किस तरीके दी रहिण वाली है बंदी छोड़ दिवस किस तरीके दा रहिणा? देखो जी दिवाली आ जिहड़ी ਉਹ ਪਿਛਲੇ ਤਕਰੀਬਨ 2015 ਤੋਂ ਲੈ ਕੇ ਅੱਜ ਤੱਕ ਕਾਲੀ ਦਿਵਾਲੀ ਵਜੋਂ ਰਹੀ ਹੈ। ਇਹਦੇ 'ਚ ਕੋਈ ਇੱਦਾਂ ਦੀ ਭੂਮਿਕਾ ਨਹੀਂ ਰਹੀ ਹੈ ਕਿ ਦਿਵਾਲੀ ਨੂੰ ਜਿਹੜਾ ਉਸ ਤਰੀਕੇ ਨਾਲ ਮਨਾਇਆ ਜਾਵੇ। ਸਾਨੂੰ ਉਹ ਦੇਸ਼ ਦੇ ਸਿਸਟਮ ਦੇ ਤਿਉਹਾਰ ਹੀ ਨਹੀਂ ਮਨਜ਼ੂਰ ਜਿਹੜੇ ਸਾਡੇ ਇਸ਼ਟ ਦੀ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਰਾਖੀ ਨਹੀਂ ਕਰ ਸਕਦੇ। ਇਸ ਵਾਰ ਇੱਕ ਪੰਜਾਬ ਦੇ ਨੌਜਵਾਨ ਮਾਵਾਂ ਦੇ 2-3 ਪੁੱਤ ਜਿਹੜੇ ਨਿਹੱਥੀ ਮੌਤੇ ਮਰੇ ਆ ਗੈਂਗਵਾਰ ਦੇ ਵਿੱਚ ਮਾਰੇ ਗਏ ਆ। ਗੁਰੂ ਸਾਹਿਬ ਦੀ ਬੇਅਦਬੀ ਨਿਰੰਤਰ ਹੋ ਰਹੀ ਹੈ ਆ ਹੁਣ ਵੀ ਰੀਸੈਂਟਲੀ 15-20 ਦਿਨ ਪਹਿਲਾਂ ਹੋ ਕੇ ਹਟੀ ਹੈ। ਸੋ ਪੰਜਾਬ ਸਰਕਾਰ ਉਹਦੇ 'ਤੇ ਵੀ ਕੋਈ ਠੋਸ ਕਦਮ ਨਹੀਂ ਚੱਕ ਰਹੀ। ਗੈਂਗਵਾਰ ਪੰਜਾਬ ਦੇ ਵਿੱਚ ਵੱਧ ਗਿਆ ਮਾਵਾਂ ਦੇ ਪੁੱਤ ਮਾਰੇ ਜਾ ਰਹੇ ਆ ਅਤੇ ਫਿਰ ਕਿਹੜੀ ਦਿਵਾਲੀ ਕਿਹੜੇ ਮੂੰਹ ਨਾਲ ਦਿਵਾਲੀ ਮਨਾਈਏ ਕਿਹੜੀਆਂ ਖੁਸ਼ੀਆਂ ਮਨਾਈਏ ਅਸੀਂ। ਸੋ ਇਹ ਸਾਡੇ ਵੱਲੋਂ ਜਿਹੜੀ ਉਹ ਕਾਲੀ ਦਿਵਾਲੀ ਦੇ ਰੂਪ ਦੇ ਵਿੱਚ ਆ ਜਿਹੜੇ ਪੰਜਾਬ ਦੇ ਦਰਦਮੰਦ ਲੋਕ ਆ ਸਹਿਯੋਗ ਕਰ ਸਕਦੇ ਆ ਸਹਿਯੋਗ ਕਰਨ ਜਿਹੜੇ ਨੂੰ ਲੱਗਦਾ ਕਿ ਦਿਵਾਲੀ ਮਨਾ ਕੇ ਕੋਈ ਚੰਗਾ ਉਪਾਈ ਆਪਦੀ ਦਿਵਾਲੀ ਮਨਾ ਸਕਦੇ ਆ। ਲਾਸਟ ਸਵਾਲ ਆ ਕੋਈ ਟਾਈਮ ਦਿੱਤਾ ਤੁਸੀਂ ਕਿ ਜਾਂਚ ਸਾਡੇ ਸਾਹਮਣੇ ਆਉਣੀ ਚਾਹੀਦੀ ਆ ਬੰਦਿਆਂ ਦੀ ਸ਼ਨਾਖਤ ਹੋਣੀ ਚਾਹੀਦੀ? ਬਿਲਕੁਲ ਜੀ ਇੱਕ ਦਿਨ ਦਾ ਜਿਹੜਾ ਅਸੀਂ ਇਹ 'ਚ ਰੱਖਿਆ ਸਮਾਂ ਕਿ ਸਾਨੂੰ ਇਹ 24 ਘੰਟਿਆਂ ਦੇ ਵਿੱਚ ਜਿਹੜੇ ਆ ਬੰਦੇ ਆ ਟਰੇਸ ਕਰਨੇ ਚਾਹੀਦੇ ਆ ਅਤੇ ਇਹਦੇ 'ਚ ਇਹ ਦੱਸਿਆ ਜਾਣਾ ਚਾਹੀਦਾ ਕਿ ਕੌਣ ਸੀ ਕਿਵੇਂ ਸੀ। ਨਹੀਂ ਹੁੰਦੇ ਸੰਘਰਸ਼ ਸਾਡਾ ਚੱਲ ਰਿਹਾ ਜਿਵੇਂ ਜਥੇਬੰਦੀਆਂ ਨਾਲ ਗੱਲ ਹੋਈ ਜਾਂਦੀ ਆ ਅਗਲਾ ਰੂਪਰੇਖਾ ਜਿਹੜੀ ਅਸੀਂ ਜ਼ਰੂਰ ਲਿਖਾਂਗੇ। ਜਥੇਬੰਦੀਆਂ ਦੇ ਆਗੂਆਂ ਦੇ ਫੋਨ ਆਏ ਆ ਜਦੋਂ ਆ ਘਟਨਾ ਤੋਂ ਬਾਅਦ
ਸੁਬਾਹ ਦੀ ਆਈ ਜਾਂਦੇ ਆ। ਦੂਸਰੀ ਬੇਨਤੀ ਇਹ ਆ ਕਿ ਸਰਕਾਰ ਨੇ ਜਿਹੜਾ ਸਮਾਂ ਦਿੱਤਾ ਰਹਿੰਦੇ ਸਮੇਂ ਦੇ ਵਿੱਚ ਉਹ ਹੱਲ ਕਰਦੇ ਵਧੀਆ। ਸਾਨੂੰ ਇਹਨਾਂ ਚੀਜ਼ਾਂ 'ਚੋਂ ਨਾ ਤਾਂ ਕੋਈ ਡਰ ਆ ਅਤੇ ਨਾ ਭੈ ਆ ਕਿਸੇ ਗੱਲ ਦਾ ਵੀ ਕੋਈ ਸਾਡਾ ਨੁਕਸਾਨ ਕਰਕੇ ਇਹ ਸਹੀ ਸਾਬਤ ਹੋ ਜਾਣਗੇ। ਦੋਸ਼ੀ ਹੈ ਸੀ ਅਤੇ ਰਹਿਣਗੇ। ਇਹ ਸਰਕਾਰ ਦਾ ਫਰਜ਼ ਹੈ ਕਿ ਇਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕਰੇ, ਬੰਦੀਆਂ ਸਜਾਵਾਂ ਦੇਵੇ। ਇੱਥੇ ਸੁਖਰਾਜ ਵਰਗੇ ਵੀ ਬਹੁਤ ਆਉਣਗੇ, ਸੁਖਰਾਜ ਵਰਗੇ ਦੁਨੀਆਂ ਤੋਂ ਜਾਣਗੇ ਵੀ ਬਹੁਤ, ਪਰ ਇਹ ਮੰਗਾਂ ਨਿਰੰਤਰ ਜਾਰੀ ਰਹਿਣਗੀਆਂ, ਮੋਰਚਾ ਵੀ ਨਿਰੰਤਰ ਜਾਰੀ ਰਹੂਗਾ। ਸੋ ਇਹਦੀਆਂ ਮੰਗਾਂ 'ਤੇ ਪੰਜਾਬ ਸਰਕਾਰ ਗੌਰ ਕਰੇ। ਜਿਹੜਾ ਸਮਾਂ ਦੇ ਕੇ ਗਿਆ ਉਸ ਸਮੇਂ ਦੇ ਵਿੱਚ ਉਹਨਾਂ ਦੋਸ਼ੀਆਂ 'ਤੇ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰੇ। ਸੁਖਰਾਜ, ਇੱਕ ਗੱਲ ਇਹ ਵੀ ਹੈ, ਜਿਵੇਂ ਹੁਣ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਬੈਠੇ ਹੈ, ਸਵਾਲ ਖੜੇ ਹੁੰਦੇ ਆ। ਤੁਹਾਡੇ ਨਾਲ ਦੇ ਨੇ ਵੀ, ਜਿਹੜਾ ਆਪਣੇ ਸਾਧ ਸਿੰਘ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਇੱਥੇ ਸਰੂਪ ਹੈ, ਜਿਹੜੇ ਸੜਕ 'ਤੇ ਪ੍ਰਕਾਸ਼ ਨਹੀਂ ਆਉਣੇ ਚਾਹੀਦੇ, ਵੀ ਇਹਨੂੰ ਵੀ ਆਪਾਂ ਬੇਅਦਬੀ ਕਹਿ ਸਕਦੇ ਹਾਂ, ਕਿਉਂਕਿ ਇੱਥੇ ਆਪਾਂ ਜਿੰਨੀ ਮਰਿਆਦਾ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀ ਜਾਂਦੀ ਹੈ ਉਹ ਇੱਥੇ ਨਹੀਂ ਰੱਖੀ ਜਾਂਦੀ। ਦੇਖੋ ਜੀ, ਸਾਡਾ ਗੁਰੂ ਸਾਹਿਬ ਤੋਂ ਬਿਨਾਂ ਕੋਈ ਪਾਰ ਤਾਰਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਜਿਹੜੇ ਗੁਰੂ ਨੇ, ਅਤੇ ਅਸੀਂ ਆਪਦੇ ਗੁਰੂ ਦੀ ਰੱਖਿਆ ਕਿਵੇਂ ਮਾੜੀ ਕਰ ਸਕਦੇ ਹਾਂ? ਤੁਸੀਂ ਦੇਖ ਲਓ, ਪ੍ਰਕਾਸ਼ ਵੀ ਹੋਇਆ ਵਾ, ਸਾਰਾ ਕੁਛ ਆ, ਇੱਕ ਪਾਲਕੀ ਰੂਪ ਦੇ ਵਿੱਚ ਜਿਹੜਾ ਉੱਥੇ ਵੱਡੇ ਮੋਟੇ ਸ਼ੀਸ਼ੇ ਲਾਏ ਗਏ ਆ। ਮਰਿਆਦਾ ਦੀ ਗੱਲ ਆ, ਇੱਥੇ ਸਿੰਘ ਹਮੇਸ਼ਾ ਬੈਠੇ ਰਹਿੰਦੇ ਆ, 5 ਤੋਂ 7 ਸਿੰਘ ਲਗਾਤਾਰ ਕੋਲੇ ਬੈਠੇ ਰਹਿੰਦੇ ਆ। ਅਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਡਾ ਜਦੋਂ ਮੋਰਚਾ ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਚੱਲ ਰਿਹਾ, ਅਤੇ ਗੁਰੂ ਸਾਹਿਬ ਖੁਦ ਅਗਵਾਈ ਕਰ ਰਹੇ ਆ, ਕੋਈ ਵਿਅਕਤੀ ਵਿਸ਼ੇਸ਼ ਦਾ ਮੋਰਚਾ ਨਹੀਂ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ, ਜੇ ਆਪਾਂ ਗੱਲ ਕਰੀਏ ਇਹਦੇ 'ਚ, ਮੈਂ ਵੈਸੇ ਮੇਰੇ ਸਤਿਕਾਰਯੋਗ ਆ ਜਿਹੜੀ ਤੁਸੀਂ ਗੱਲ ਕਹੀ ਆ, ਇਨਸਾਫ ਕਰ ਲਿਆ ਮੈਨੂੰ ਨਹੀਂ ਮਿਲਣਾ, ਇਨਸਾਫ ਪੂਰੀ ਕੌਮ ਨੂੰ ਮਿਲਣਾ। ਅਤੇ ਜਿਹੜੇ ਐਫਰਟ ਇੱਥੇ ਇਨਸਾਫ ਦੇ ਲਈ ਕੀਤੇ ਜਾਂਦੇ ਆ, ਉਹਨਾਂ ਨੂੰ ਇਹ ਚੀਜ਼ਾਂ ਦੇ ਵਿੱਚ ਖਿਆਲ ਰੱਖਿਆ ਜਾਂਦਾ ਕਿ ਇੱਥੇ ਨੁਕਸਾਨ ਨਾ ਹੋਵੇ, ਫਾਇਦੇ ਵਾਲੀ ਗੱਲ ਕੀਤੀ ਜਾਂਦੀ ਆ। ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ, ਬਾਣੀ ਪੜ੍ਹਨਾ ਇੱਕ ਵੱਖਰੀ ਸਪਿਰਿਟ ਆ। ਜੇ ਅਸੀਂ ਇੱਥੇ ਬਹਿ ਕੇ ਕੋਈ ਹੋਰ ਗੱਲਾਂ ਕਰਦੇ ਸੀ ਤਾਂ ਵੀ ਗੱਲਾਂ ਹੁੰਦੀਆਂ ਸੀਗੀਆਂ ਕਿ ਉੱਥੇ ਤਾਂ ਹੋਰ ਗੱਲਾਂ ਹੁੰਦੀਆਂ, ਮੋਰਚੇ ਦੀ ਕੋਈ ਗੱਲ ਨਹੀਂ ਹੁੰਦੀ। ਅਤੇ ਜੇ ਅੱਜ ਗੁਰਬਾਣੀ ਚੱਲਦੀ ਆ ਤਾਂ ਫਿਰ ਉੱਥੇ ਕੋਈ ਗੱਲ ਤਾਂ ਨਹੀਂ ਹੁੰਦੀ, ਗੁਰਬਾਣੀ ਤਾਂ ਚੱਲਦੀ ਆ, ਗੁਰਬਾਣੀ ਮੋਰਚੇ ਦੀ ਗੱਲ ਹੀ ਕਰੂਗੀ, ਗੁਰਬਾਣੀ ਚੜ੍ਹਦੀ ਕਲਾ ਦਾ ਪ੍ਰਤੀਕ ਹੀ ਹੋਊਗੀ। ਸੋ ਅਸੀਂ ਇਸ ਤਰ੍ਹਾਂ ਦੀ ਕੰਟਰੋਵਰਸੀ ਨਹੀਂ ਚਾਹੁੰਦੇ, ਨਾ ਕੋਈ ਉੱਦਾਂ ਦੀ ਗੱਲ ਆ। ਮਰਿਆਦਾ ਦਾ ਹਰ ਇੱਕ ਪੂਰਨ ਗੁਰਸਿੱਖ ਆ ਜਿਹੜਾ, ਜਾਂ ਜਿਹੜੇ ਸਿੱਖ ਆ ਉਹ ਧਿਆਨ ਰੱਖਦੇ ਆ। ਇੱਥੇ ਵੀ ਜਿਹੜੇ ਬਾਣੀ ਪੜ੍ਹਦੇ ਸਿੱਖ ਆ ਅਤੇ ਜਿਹੜੇ ਬਹਿੰਦੇ ਉਹ ਵੀ ਸਿੱਖ ਆ, ਸੁਣਨ ਵਾਲੇ ਵੀ ਸਿੱਖ ਆ। ਸਾਧੂ ਸਿੰਘ ਨਾਲ ਹੋਈ ਗੱਲਬਾਤ ਆਈ ਆ ਇੱਥੇ ਕਿ ਨਹੀਂ ਹੁੰਦੀ ਆ? ਕੋਈ ਗੱਲ ਨਹੀਂ ਆ, ਉਹ ਸਿਹਤ ਇਜਾਜ਼ਤ ਨਹੀਂ ਦਿੰਦੀ ਹੋ ਸਕਦੀ, ਉਹਨਾਂ ਨੇ ਕਿਹਾ, ਪਰ ਉਹ ਇਹ ਥੋੜ੍ਹੀ ਉਹਨਾਂ ਨੇ ਕਿਹਾ, ਉਹਨਾਂ ਨੇ ਇਹ ਕਿਹਾ ਵੀ ਮੇਰੇ ਨਾਲ ਜਿਹੜੀ ਸਿੱਧੇ ਤੌਰ 'ਤੇ, ਕਿਉਂਕਿ ਮੈਂ ਇੰਟਰਵਿਊ ਕੀਤੀ ਸੀ, ਉਹਨਾਂ ਨੇ ਕਿਹਾ ਕਿ ਮੇਰੇ ਨਾਲ ਜਿਹੜੀ ਸਲਾਹ ਮਸ਼ਵਰਾ ਕਰੇ ਤੋਂ ਬਗੈਰ ਕੋਈ ਵੀ ਪ੍ਰੋਗਰਾਮ ਲਿਖ ਕੇ ਜਾਂਦੇ ਆ। ਉਹਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ 'ਚ ਮੈਂ ਪੁੱਛਿਆ ਸੀ ਤੁਸੀਂ ਜਾ ਸਕਦੇ ਆ, ਉਹਨਾਂ ਨੇ ਕਿਹਾ ਕਿ ਜੇ ਉਹ ਕਹਿਣਗੇ ਜਾਂ ਸਾਡੇ ਨਾਲ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਲਾਹ ਮਸ਼ਵਰਾ ਕਰਕੇ ਮੋਰਚੇ ਨੂੰ ਚਲਾਉਣਗੇ ਤਾਂ ਅਸੀਂ ਸ਼ਮੂਲੀਅਤ ਕਰਾਂ। ਮਸ਼ਵਰੇ ਦੀ ਆਪਾਂ ਗੱਲ ਕਰੀਏ ਬਈ, ਜਿਹੜੇ ਮੋਰਚੇ ਦੀਆਂ ਮੰਗਾਂ ਉਹ ਸਰਕਾਰ ਦੇ ਅਗੇਂਸਟ ਹਨ, ਸਰਕਾਰ ਦੇ ਅਗੇਂਸਟ ਮੰਗਾਂ ਸਾਡੀਆਂ ਰੱਖੀਆਂ ਹੋਈਆਂ, ਅਸੀਂ ਸਰਕਾਰ ਦੇ ਨਾਲ ਨੈਗੋਸ਼ੀਏਸ਼ਨ ਤਾਂ ਨਹੀਂ ਨਾ ਕਰ ਰਹੇ। ਜੇ ਸਰਕਾਰ ਕਹੇ ਵੀ ਅਸੀਂ ਤੁਹਾਨੂੰ 80% ਦੇ ਰਹੇ ਹਾਂ, ਤੁਸੀਂ 20 ਛੱਡ ਦਿਓ, ਅਸੀਂ ਤਾਂ 100 'ਤੇ ਖੜੇ ਹਾਂ ਨਾ, ਅਸੀਂ 100 ਤੋਂ ਵੱਧ ਸਰਕਾਰ ਕਰਦੀ ਆ ਉਹ ਵੱਖਰੀ ਗੱਲ ਹੈ, ਪਰ ਅਸੀਂ 100 ਤੋਂ ਪਿੱਛੇ ਨਹੀਂ ਹਟੇ। ਸਾਡੀਆਂ ਮੰਗਾਂ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਤੱਕ ਹੈ। ਸਲਾਹ ਮਸ਼ਵਰਾ ਆਪਾਂ ਉਦੋਂ ਕਰਦੇ ਹੁੰਦੇ ਹਾਂ ਜਾਂ ਸਰਕਾਰ ਦੇ ਨਾਲ ਟੇਬਲ ਟਾਕ ਉਦੋਂ ਕਰਦੇ ਹਾਂ ਜਦੋਂ ਅਸੀਂ ਉਹਨੂੰ ਘੱਟ ਵੱਧ ਕਰਨਾ। ਜਿਹੜੀ ਗੱਲ ਅਸੀਂ ਦੱਸੀ ਆ ਬਈ ਇਸ ਮੋਰਚੇ ਦੇ ਫਲਾਣੇ ਫਲਾਣੇ ਬੰਦੇ ਦੋਸ਼ੀ ਆ, ਜਿਹੜੇ ਤੁਸੀਂ ਵੀ ਐਲਾਨ ਚੁੱਕੇ ਹੋ, ਤੁਸੀਂ ਉਹਨੂੰ ਕਾਗਜ਼ੀ ਤੌਰ 'ਤੇ ਐਲਾਨ ਕੇ ਉਹਨਾਂ ਨੂੰ ਬੰਦੀਆਂ ਸਜ਼ਾ ਦਿਓ। ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਜਿਹੜਾ ਵੀ ਸਿੱਖ ਆ ਕੇ ਸੁਝਾਅ ਦੇ ਕੇ ਜਾਂਦਾ ਉਹਨੂੰ ਲਾਗੂ ਕਰਨਾ ਹਰ ਇੱਕ ਸਿੱਖ ਦਾ ਫਰਜ਼ ਆ। ਜੇ ਇੱਥੇ ਅਸੀਂ 14 ਤਰੀਕ ਤੱਕ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ, ਜਥੇਬੰਦੀਆਂ ਨੇ ਜਾਂ ਜਿਹੜੇ ਸਿੱਖਾਂ ਨੇ ਇਹਦੀ ਭੇਟਾ ਦਿੱਤੀ, ਅਖੰਡ ਪਾਠ ਸਾਹਿਬ ਚੱਲੇ, 14 ਤੋਂ ਬਾਅਦ ਸਾਡੇ 'ਚ ਕੰਪੈਸਿਟੀ ਨਹੀਂ ਸੀ। ਮੈਂ ਹੁਣ ਵੀ ਕਹਿੰਦਾ ਕਿ ਲੰਮੇ ਸਮੇਂ ਤੋਂ ਮੋਰਚਾ ਚੱਲਦਾ ਆ ਰਿਹਾ ਅਤੇ ਗੁਰਸਿੱਖਾਂ ਦਾ ਮੋਰਚਾ ਉਹਨਾਂ ਨੇ ਚਲਾਉਣਾ। 14 ਤੋਂ ਬਾਅਦ ਫਿਰ ਲੋਕਾਂ ਦੀਆਂ ਕਾਲਾਂ ਇਹ ਗੱਲਾਂ ਆਈਆਂ ਵੀ ਜੇ ਕੋਈ ਪ੍ਰੋਬਲਮ ਆ ਸਾਨੂੰ ਦੱਸੋ। ਅਸੀਂ ਉਹਨਾਂ ਨੂੰ 2-3 ਗੱਲਾਂ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਸਾਹਮਣੇ ਲੱਗੀਆਂ, ਉਹ ਕਹਿੰਦੇ ਵੀ ਭੇਟਾ ਵੀ ਅਸੀਂ ਦਿੰਦੇ ਹਾਂ, ਪ੍ਰਬੰਧ ਅਸੀਂ ਕਰਕੇ ਦਿੰਦੇ ਹਾਂ, ਅਤੇ ਤੁਸੀਂ ਗੁਰੂ ਸਾਹਿਬ ਦਾ ਇੱਥੇ ਪ੍ਰਕਾਸ਼ ਰੱਖੋ, ਗੁਰੂ ਸਾਹਿਬ ਦੀ ਸਪਿਰਿਟ ਤੋਂ ਬਿਨਾਂ ਕੁਛ ਵੀ ਨਹੀਂ ਆ। ਸੋ ਇਹਦੇ 'ਚ ਸਲਾਹ ਦੀ ਗੱਲ ਇਹ ਹੁੰਦੀ ਆ ਕਿ ਸਲਾਹ ਤਾਂ ਆਪਾਂ ਤਾਂ ਕਰੀਏ, ਮੈਂ ਨਹੀਂ ਕਹਿੰਦਾ ਚਲੋ ਮੰਨ ਲੈਂਦੇ ਹਾਂ, ਹੁਣ ਤੁਸੀਂ ਇੱਥੇ ਆ ਕੇ ਗਏ ਹੋ, ਜੇ ਸਰਦਾਰ ਸਾਧੂ ਸਿੰਘ ਇੱਥੇ ਬੈਠੇ ਆ ਤਾਂ ਤੁਹਾਨੂੰ ਮਿਲਣਗੇ, ਜੇ ਉਹ ਬੈਠੇ ਨਹੀਂ ਤਾਂ ਮੈਂ ਤੁਹਾਨੂੰ ਕਹਾਂ ਕਿ ਬਾਈ ਤੁਸੀਂ 20 ਮਿੰਟ ਰੁਕੋ, ਮੈਂ ਘਰੋਂ ਬੁਲਾ ਕੇ ਲਿਆਉਣਾ, ਇਹ ਨਹੀਂ ਹੁੰਦਾ, ਨਾ ਤੁਹਾਡੇ ਕੋਲ ਟਾਈਮ ਆ। ਸੋ ਜਿਹੜਾ ਗੁਰਸਿੱਖ ਚੱਲ ਕੇ ਆਉਂਦਾ ਉਹ ਜਿਹੜਾ ਇੱਥੇ ਬੈਠਾ ਹੁੰਦਾ ਉਹਨੂੰ ਮਿਲ ਜਾਂਦਾ, ਜਿਹੜੇ ਨਹੀਂ ਹੁੰਦੇ ਉਹਨਾਂ ਨੂੰ ਐਂ ਲੱਗਦਾ ਕਿ ਸਾਨੂੰ ਨਹੀਂ ਮਿਲ ਕੇ ਗਏ। ਸੋ ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ, ਬਾਕੀ ਇਹ ਮੋਰਚਾ ਜਿਹੜਾ ਮੰਗਾਂ 'ਤੇ ਆ, ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਜਿਹੜੇ ਸਰਸੇ ਵਾਲਾ ਮੁੱਖ ਜਿਹੜਾ ਦੋਸ਼ੀ ਆ, ਜਿਵੇਂ ਇਹਨਾਂ ਨੇ ਪਾ ਹੀ ਦਿੱਤਾ ਇਹਨਾਂ ਦੀਆਂ ਇਨਵੈਸਟੀਗੇਸ਼ਨਾਂ ਦੇ ਵਿੱਚ ਗੋਲੀਕਾਂਡ ਦੇ ਵਿੱਚ, ਉਸ ਸਮੇਂ ਦੀ ਸਰਕਾਰ, ਡੀ ਜੀ ਪੀ, ਮੁੱਖ ਮੰਤਰੀ, ਉਸ ਸਮੇਂ ਦੇ ਗ੍ਰਹਿ ਮੰਤਰੀ, ਜਿਹੜੇ ਵੀ ਦੋਸ਼ੀ ਆ ਉਹਨਾਂ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ।
ਅਗਲੀ ਤਰੀਕ ਆ ਜਿਹੜੀ ਜਿਵੇਂ ਸਰਕਾਰ ਨੇ ਸਮਾਂ ਦਿੱਤਾ ਕਿ ਲਾ ਜਿਹੜਾ ਹੁਣ ਇਦੋਂ ਅਗਲਾ ਸਮਾਗਮ ਆ ਉਹ ਸ਼ੁਕਰਾਨੇ ਦਾ ਆਊਗਾ। ਸਾਡੇ ਅਖੰਡ ਪਾਠ ਸਾਹਿਬ ਇੱਥੇ ਲਗਾਤਾਰ ਚੱਲ ਰਹੇ ਆ, ਆਏ ਤੀਜੇ ਦਿਨ ਇੱਥੇ ਭੋਗ ਸਪੀਕਰ ਸਾਹਿਬ ਕਹਿ ਗਏ ਸ਼ੁਕਰਾਨੇ, ਮੈਂ ਉਹੀ ਕਹਿ ਰਿਹਾ ਸਰਕਾਰ ਕਹਿੰਦੀ ਆ ਵੀ ਸ਼ੁਕਰਾਨੇ ਦਾ, ਹੁਣ ਸਰਕਾਰ ਸਾਨੂੰ ਦੱਸ ਦੇ ਵੀ ਚੱਲਦੇ ਅਖੰਡ ਪਾਠ ਦੇ ਵਿੱਚ ਕਿਹੜੇ ਅਖੰਡ ਪਾਠ ਸਾਹਿਬ ਉਹਨਾਂ ਨੇ ਸ਼ੁਕਰਾਨੇ ਦਾ ਕਹਿ ਕੇ ਪ੍ਰਕਾਸ਼ ਕਰਾਉਣਾ, ਨਹੀਂ ਅਸੀਂ ਤਾਂ ਇੱਥੇ ਚੜ੍ਹਦੀ ਕਲਾ ਦੇ ਜਿਹੜੇ ਆਪਦੇ ਕਰੀ ਜਾਂਦੇ ਆ, ਅਸੀਂ ਤਾਂ ਗੁਰੂ ਸਾਹਿਬ ਦੇ ਓਟ ਆਸਰੇ ਸਦਕਾ ਜਿਹੜੇ ਅਖੰਡ ਪਾਠ ਸਾਹਿਬ ਲਗਾਤਾਰ ਚੱਲੀ ਜਾਣਗੇ। ਇਹ ਸਰਕਾਰ 'ਤੇ ਡਿਪੈਂਡ ਕਰਦਾ ਕਿ ਉਹ ਕਿਹੜੇ ਅਖੰਡ ਪਾਠ ਸਾਹਿਬ ਦੇ ਵਿੱਚ ਆ ਕੇ ਅਰਦਾਸ ਕਰਕੇ ਕਹਿੰਦੇ ਆ ਕਿ ਇਹ ਸ਼ੁਕਰਾਨੇ ਦਾ ਸਮਾਗਮ ਹੋਣਾ ਚਾਹੀਦਾ, ਅਤੇ ਨਹੀਂ ਜੇ ਨਹੀਂ ਕਰਦੇ ਉਹ ਦਿੱਤੇ ਸਮੇਂ ਦੇ ਵਿੱਚ ਤਾਂ ਅਸੀਂ ਜ਼ਰੂਰ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਦੇ ਵਿੱਚ ਅਗਲੇ ਫੈਸਲੇ ਜਿਹੜੇ ਉਹ ਜ਼ਰੂਰ ਰੱਖਾਂਗੇ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਸਵਰਾਜ ਸਿੰਘ, ਤਾਂ ਤਮਾਮ ਮੁੱਦਿਆਂ 'ਤੇ ਗੱਲ ਕੀਤੀ ਹੈ। ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਬੀਤੀ ਰਾਤ ਹੈ ਜਿਹੜਾ ਇੱਥੇ ਇਹਨਾਂ ਦੀ ਕਾਰ ਦੇ ਵਿੱਚ ਇੱਕ ਕਾਰ ਆਉਂਦੀ ਹੈ, ਟੱਕਰ ਮਾਰਦੀ ਹੈ, ਉਸ ਨੂੰ ਲੈ ਕੇ ਵੱਡੇ ਸਵਾਲ ਇਹਨਾਂ ਵੱਲੋਂ ਖੜ੍ਹੇ ਕੀਤੇ ਜਾ ਰਹੇ ਨੇ। ਤਾਂ ਇਹਨਾਂ ਵੱਲੋਂ ਆਪਣੇ ਤੌਰ 'ਤੇ ਜਿਹੜੀਆਂ ਦਰਖਾਸਤਾਂ ਉੱਚ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਤਾਈਂ ਤੱਕ ਪਹੁੰਚਾਈਆਂ ਗਈਆਂ ਕਿ ਇਹਨਾਂ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ, ਹੋਰ ਵੀ ਤਮਾਮ ਮੁੱਦਿਆਂ 'ਤੇ ਗੱਲਬਾਤ ਕੀਤੀ ਹੈ। ਤਾਂ ਹੁਣ ਅਗਲਾ ਜਿਹੜਾ ਇਹਨਾਂ ਦਾ ਸ਼ੁਕਰਾਨੇ ਦਾ, ਇਹਨਾਂ ਨੇ ਕਿਹਾ ਕਿ ਸ਼ੁਕਰਾਨੇ ਦਾ ਜਿਹੜਾ ਸਮਾਗਮ ਹੋਊਗਾ, ਅਤੇ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਨਾਂ ਨੇ ਤਰੀਕ ਮਿੱਥੀ ਹੈ, ਵਾਕਈ ਜਿਹੜਾ ਸ਼ੁਕਰਾਨਾ ਕਰਦੇ ਆ ਜਾਂ ਇਹਨਾਂ ਨੂੰ ਸੰਘਰਸ਼ ਅਗਲੇ ਹੋਰ ਲੰਬਾ ਲੈ ਕੇ ਜਾਣਾ ਪਵੇਗਾ। ਗੁਰਜੀਤ ਸਿੰਘ ਮਾਣਾ, D5 ਚੈਨਲ ਪੰਜਾਬੀ, ਬਹਿਬਲ ਕਲਾਂ, ਜ਼ਿਲ੍ਹਾ ਫਰੀਦਕੋਟ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ 'ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ। ਦੀਵਾਲੀ 'ਤੇ ਵਿਸ਼ਕਰਮਾ ਦਿਵਸ ਦੀਆਂ ਦਸ਼ਮੇਸ਼ ਮਲੇਰਕੋਟਲਾ ਸੁਪਰ ਸੀਡਰ ਐਂਡ ਕੰਬਾਈਨ ਹਾਰਵੈਸਟਰ ਵੱਲੋਂ ਸਾਰੇ ਦਰਸ਼ਕਾਂ ਨੂੰ ਲੱਖ ਲੱਖ ਵਧਾਈਆਂ।